ਆਪਾਂ ਜਾ ਰਹੇ ਕੰਮ ਕਹਿੰਦੇ ਆ ਮੈਂ ਹੁਣੇ ਹੁਣੇ ਮੈਨੂੰ ਪਤਾ ਲੱਗਾ ਸੀਗਾ ਕਿ ਮੇਰੇ ਡਡਵਾ ਰੋਡ ਧਾਰੀਵਾਲ ਦੇ ਵਿੱਚ ਜਿਹੜੀ ਇਹ ਦੁਰਘਟਨਾ ਬੜੀ ਤਗੜੀ ਹੋ ਜਾਣੀ ਸੀ ਤੇ ਪਰਮਾਤਮਾ ਨੇ ਹੱਥ ਦੇ ਕੇ ਬਚਾਇਆ ਮੇਰੇ ਦੁਕਾਨਦਾਰ ਵੀਰਾਂ ਨੂੰ ਕਿ ਇਹਦੇ ਉੱਤੇ ਜਿਹੜਾ ਆ ਟਾਈਮ ਨਾਲ ਕਾਬੂ ਪਾ ਲਿਆ ਗਿਆ ਆ, ਨਹੀਂ ਤੇ ਅੱਗ ਨੇ ਜਿਹੜਾ ਸੀ ਬੜਾ ਨੁਕਸਾਨ ਕਰਨਾ ਸੀ। ਤੇ ਇੱਕ ਹੋਰ ਬੜੀ ਜਿਹੜੀ ਇਹ ਬਚਾਅ ਦੀ ਗੱਲ ਰਹਿ ਗਈ ਕਿ ਦਿਨ ਸੀਗਾ, ਜੇ ਰਾਤ ਹੁੰਦੀ ਤੇ ਇੱਥੇ ਲਾਗੇ ਲਾਗੇ ਫਰਨੀਚਰ ਦੀਆਂ ਦੁਕਾਨਾਂ ਜਿੱਥੇ ਆਪਾਂ ਖੜੇ ਆ ਤੇ ਬੜਾ ਵੱਡਾ ਜਾਣੀ ਨੁਕਸਾਨ ਹੋਣਾ ਸੀਗਾ। ਚਲੋ ਪਰਮਾਤਮਾ ਨੇ ਬਚਾ ਕੀਤਾ, ਜਿਹੜਾ ਜਾਨੀ ਮਾਲੀ ਨੁਕਸਾਨ ਤੋਂ ਹੀ ਬਚ ਗਏ ਆ। ਤੇ ਪ੍ਰਸ਼ਾਸਨ ਨੂੰ ਮੈਂ ਮੰਗ ਕਰਦਾ ਵਾਂ ਤੇ ਵੀ ਜਿਹੜੇ ਖੰਭੇ ਆ, ਪ੍ਰਧਾਨ ਜੀ ਨੇ ਦੱਸਿਆ ਜਿੱਦਾਂ ਕਿ ਆਪਣੇ ਬੜੀ ਦੇਰ ਤੋਂ ਕਹਿ ਰਹੇ ਆ, ਪ੍ਰਯਾਸ ਕਰ ਰਹੇ ਆ ਕਿ ਇਹਨਾਂ ਨੂੰ ਜਿਹੜਾ ਇੱਕ ਸਾਈਡ ਕੀਤਾ ਜਾਵੇ। ਤੇ ਮੈਂ ਵੀ ਜਿਹੜਾ ਆ ਸਵੇਰੇ ਹੀ ਨਾਲ ਜਾ ਕੇ, ਨਾਲੇ ਤੇ ਸੋਮਵਾਰ ਆ ਸਵੇਰੇ, ਅੱਜ ਛੁੱਟੀ ਦਾ ਦਿਨ, ਆਪਾਂ ਸੰਪਰਕ ਤੇ ਕੀਤਾ ਆ ਤੇ ਧਿਆਨ ਚ ਲਿਆਂਦੀ ਆ ਗੱਲ ਬਿਜਲੀ ਬੋਰਡ ਦੇ। ਇਹ ਜਿਹੜਾ ਆ ਜਲਦੀ ਤੋਂ ਜਲਦੀ ਜਿਹੜੇ ਟ੍ਰਾਂਸਫਾਰਮ ਦੇ 3 ਵਿੱਚ ਰੋਡ ਦੇ ਲੱਗੇ ਆ, ਇਹਨਾਂ ਨੂੰ ਪਰੇ ਕਰਾ ਦਿੱਤਾ ਜਾਊਗਾ। ਦੇਖੋ ਜੀ, ਇਹ ਡਿਡਵਾ ਰੋਡ ਧਾਰੀਵਾਲ ਸ਼ਹਿਰ ਦੇ ਵਿੱਚ ਅੱਜ ਬਹੁਤ ਹੀ ਵੱਡੀ ਜਿਹੜੀ ਆ ਘਟਨਾ ਹੋਣੀ ਜਾ ਰਹੀ ਸੀ, ਪਰ ਚਲੋ ਪਰਮਾਤਮਾ ਦਾ ਸ਼ੁਕਰ ਆ, ਵਾਹਿਗੁਰੂ ਦਾ ਸ਼ੁਕਰ ਆ ਵੀ ਸਾਰਾ ਬਚਾਅ ਹੋ ਗਿਆ। ਇਹ ਟਰਾਲੀ ਨਾਲ ਭਰੀ ਹੋਈ ਟਰਾਲੀ ਸੀ ਜੋ ਕਿ ਇੱਥੇ ਖਲੋਤੀ 2 ਮਿੰਟ ਦੇ, ਜਿਹੜਾ ਟ੍ਰਾਂਸਫਰ ਸਪਾਰਕ ਲਿਖ ਰਿਹਾ ਤੇ ਉਹਦੇ ਵਿੱਚ ਲੱਗਾ ਤੇ ਨਾਲ ਹੀ ਪਰਾਲੀ ਨੂੰ ਅੱਗ ਲੱਗ ਗਈ, ਸਾਰੀਆਂ ਤਾਰਾਂ ਸੜ ਗਈਆਂ। ਪਬਲਿਕ ਨੇ, ਸ਼ਹਿਰ ਵਾਸੀਆਂ ਨੇ ਸਾਥ ਦਿੱਤਾ ਤੇ ਉਸੇ ਵਕਤ ਫੋਨ ਕੀਤਾ ਤੇ ਫਾਇਰ ਬ੍ਰਿਗੇਡ ਆਈ, ਬਿਜਲੀ ਬੋਰਡ ਨੂੰ ਦੱਸਿਆ ਤੇ ਬਿਜਲੀ ਬੋਰਡ ਨੇ ਲਾਈਟਾਂ ਬੰਦ ਕਰਤੀਆਂ, ਜਿਹਦੇ ਨਾਲ ਜਿਹੜੀ ਬਹੁਤ ਨੁਕਸਾਨ ਹੋਣਾ ਸੀ ਸ਼ਹਿਰ ਦਾ, ਕਿਉਂਕਿ ਤੁਸੀਂ ਦੇਖ ਸਕਦੇ ਵੀ ਲਾਗੇ ਲਾਗੇ ਦੁਕਾਨਾਂ ਵਾ ਤੇ ਬੜਾ ਥੋੜਾ ਜਿਹਾ ਰਾਹ ਵਾ ਇੱਥੇ, ਤੇ ਉਹਦੇ ਕਰਕੇ ਨੁਕਸਾਨ ਤੋਂ ਬਚ ਸਕੇ ਆ ਲੋਕਾਂ ਦੇ ਸਹਿਯੋਗ ਦੇ ਨਾਲ। ਮੈਂ ਅੱਗੇ ਵੀ ਬੜੀ ਵਾਰੀ ਬਿਜਲੀ ਬੋਰਡ ਨੂੰ ਲਿਖ ਕੇ ਦਿੱਤਾ ਵੀ ਸਾਡੇ ਜਿਹੜਾ ਡਡਵਾਂ ਰੋਡ ਤੇ ਉੱਥੇ ਬਹੁਤ ਰਸ਼ ਰਹਿੰਦਾ, ਉੱਥੇ ਜਿਹੜੇ ਟ੍ਰਾਂਸਫਾਰਮਰ ਲੱਗੇ ਆ ਉਹ ਚੜਾਈ ਦੇ ਲੱਗੇ ਆ, ਉਹਨੂੰ ਦੂਸਰੀ ਸਾਈਡ ਚੇਂਜ ਕੀਤੀ ਜਾਏ ਤਾਂ ਕਿ ਰਾਹ ਖੁੱਲਾ ਹੋ ਜਾਏ। ਰਾਹ ਟਾਈਟ ਹੋਣ ਕਰਕੇ ਹੀ ਇਹ ਸਾਰਾ ਨੁਕਸਾਨ ਹੋ ਚੁੱਕਿਆ, ਕਿਉਂਕਿ ਇੱਥੇ ਅਕਸਰ ਜਾਮ ਲੱਗਾ ਰਹਿੰਦਾ ਵਾ ਤੇ ਜਿਹਨੇ ਇਹ 3 ਟ੍ਰਾਂਸਫਾਰਮਰ ਇਸ ਡਡਵਾਂ ਰੋਡ ਤੇ ਲੱਗੇ ਆ ਸ਼ਹਿਰ ਦੇ ਵਿੱਚੋਂ ਜਿਹੜੇ, ਉਹਨਾਂ ਨੂੰ ਜੇ ਇਹ ਸਾਈਡ ਚੇਂਜ ਕਰ ਦਈਏ ਤੇ ਬਹੁਤ ਫਾਇਦਾ ਹੋਏਗਾ। ਇੱਕ ਤੇ ਰੋਡ ਵੀ ਖੁੱਲੀ ਹੋ ਜਾਣਗੀ ਆ, ਤੇ ਮੇਰੇ ਤੇ ਇਹੋ ਹੀ ਆ ਰਿਕੁਐਸਟ ਵਾ ਬਿਜਲੀ ਬੋਰਡ ਡਿਪਾਰਟਮੈਂਟ ਦੇ ਅੱਗੇ ਵੀ ਤੁਹਾਨੂੰ ਮੈਂ ਅੱਗੇ 2-3 ਵਾਰੀ ਲਿਖ ਕੇ ਦੇਤਾ, ਐਸਟੀਮੇਟ ਵੀ ਬਣ ਗਏ, ਐਕਸੀ ਸਾਹਿਬ ਨੂੰ ਕਹਿਤਾ, ਐਸੀ ਸਾਹਿਬ ਨੂੰ ਕਹਿਤਾ, ਪਰ ਇੱਧਰ ਧਿਆਨ ਦਿਓ। ਜਿਸ ਤਰ੍ਹਾਂ ਅੱਜ ਬਹੁਤ ਵੱਡਾ ਨੁਕਸਾਨ ਹੋਣਾ ਸੀ, ਚਲੋ ਪਰਮਾਤਮਾ ਨੇ ਬਚਾ ਲਿਆ ਤੇ ਗਾਂਹ ਤੋਂ ਇਹ ਨੁਕਸਾਨ ਨਾ ਹੋਏ। ਤੇ ਤੁਸੀਂ ਬਿਲਕੁਲ ਸੜਕ ਤੇ ਲੱਗੇ ਆ, ਇਸ ਨੂੰ ਅਸੀਂ ਖੜੇ ਰੋਕ ਲੱਗੇ ਦੇ ਆ ਖੜੇ, ਤੇ ਜੇ ਦੂਸਰੀ ਬੋਰਡ ਦੂਸਰੀ ਤਰ੍ਹਾਂ ਕਰ ਲਾਂਗੇ ਤੇ ਉਹਨੂੰ ਬੜਾ ਵਧੀਆ ਹੋ ਜਾਏਗਾ ਵੀ ਰਾਹ ਖੁੱਲਾ ਹੋ ਜਾਏਗਾ। ਇਹ ਦਿਨ ਦੇ ਟਾਈਮ ਲੱਗੀ ਜੇ ਰਾਤ ਹੁੰਦਾ ਤੇ ਕਿੰਨਾ ਨੁਕਸਾਨ ਹੋਣਾ ਸੀ, ਕਿੰਨੇ ਦੁਕਾਨਦਾਰ ਲਾ ਕੇ ਬੜੇ ਬੜੇ ਉਹਨਾਂ ਨੇ ਮਾਰ ਰੱਖੇ ਦੇ ਆ, ਤੇ ਚਲੋ ਪਰਮਾਤਮਾ ਦਾ ਸ਼ੁਕਰ ਆ ਵੀ ਉਹਨਾਂ ਨੇ ਨਾ ਲੋਕਾਂ ਨੇ ਸਹਿਯੋਗ ਦਿੱਤਾ ਤੇ ਬਚਾਅ ਹੋ ਗਿਆ, ਫਾਇਰ ਬ੍ਰਿਗੇਡ ਆ ਗਈ ਸੀ ਟਾਈਮ ਸਿਰ।
ਜੀ ਮੇਰਾ ਨਾਮ ਸੰਧੀ ਹੈ ਜੀ, ਡਡਵਾ ਰੋਡ ਤੇ ਦੁਕਾਨ ਆ ਮੇਰੀ ਸੰਧੂ ਫਰਨੀਚਰ ਹਾਊਸ। ਮੇਰੇ ਦੁਕਾਨ ਦੇ ਸਾਹਮਣੇ ਇੱਕ ਟਰਾਂਸਫਾਰਮ ਲੱਗਿਆ ਜੀ। ਟਰਾਂਸਫਾਰਮ ਦੇ ਲਾਗੇ ਕੋਈ ਵੀ ਟਰਾਲੀ ਲੰਘਦੀ ਆ ਉਹ ਜ਼ਿਆਦਾਤਰ ਖਹਿ ਕੇ ਲੰਘਦੀ ਆ ਵਾ, ਤੇ ਅਸੀਂ ਪੂਰਾ ਦਿਨ ਇਹੀ ਕੰਮ ਚ ਰਹਿੰਦੇ ਹਾਂ ਕਿ ਟਰਾਲੀ ਆ ਕਿੱਦਾਂ ਲੰਘਾਈਏ। ਠੀਕ ਆ ਜੀ, ਪਰਾਲੀ ਦੀ ਭਰੀ ਟਰਾਲੀ ਨਿਕਲੀ ਆ ਜੀ, ਤੇ ਇਹ ਟਰਾਂਸਫਾਰਮ ਦੇ ਲਾਗੇ ਖੜੀ ਸੀ। ਜਦੋਂ ਉਹਨੇ ਓਵਰਟੇਕ ਕਰਨਾ ਸੀ ਤੇ ਬਿਲਕੁਲ ਨਾਲ ਜੋੜ ਦਿੱਤੀ ਸੀ। ਜਦੋਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਦਿੱਤੀ ਕਿ ਭਾਜੀ ਇਹਨੂੰ ਥੋੜਾ ਜਿਹਾ ਪਰੇ ਕਰ ਲਓ, ਅੱਗ ਲੱਗਣ ਦਾ ਡਰ ਆ, ਜਦੋਂ ਉਹਨਾਂ ਨੇ ਪਰੇ ਕੀਤੀ ਤੇ ਉਹ ਨਾਲੇ ਉਹ ਤੋਂ ਸਪਾਰਕ ਹੋਈ ਆ, ਸਪਾਰਕ ਹੋ ਕੇ ਅੱਗ ਲੱਗੀ ਹੈ ਜੀ। ਤੇ ਉਹ ਅੱਗ ਲੱਗਣ ਦੇ ਬਾਅਦ ਉਹਨੇ ਬੈਕ ਕਰਕੇ ਤੇ ਟਰਾਲੀ ਲਾਈ ਆ, ਤੇ ਟਰੈਕਟਰ ਜਿਹੜਾ ਵਾ ਉਹ ਭਜਾ ਕੇ ਲੈ ਗਿਆ ਜੀ। ਹਾਂਜੀ, ਇਹ ਜੀ ਆਪਣੇ ਡਰਵਾ ਤੋਂ ਆਉਂਦੀ ਪਈ ਜੀ ਸ਼ਹਿਰ ਨੂੰ। ਹਾਂਜੀ, ਬਹੁਤ ਜ਼ਿਆਦਾ ਅੱਗੀ ਜੀ, ਦੋ ਸਕਾਰਪੀਓ ਦੀਆਂ ਗੱਡੀਆਂ ਆਈਆਂ ਵਾ ਜਿਨ੍ਹਾਂ ਨੇ ਅੱਗ ਬੁਝਾਈ ਆ ਜੀ। ਜਾਨੀ ਮਾਨੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ, ਉਦਾਂ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਆ, ਲੇਕਿਨ ਹੋ ਸਕਦਾ ਸੀ, ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਜੇ ਹਵਾ ਚੱਲਦੀ ਹੁੰਦੀ ਜਾਂ ਕੋਈ ਹਨੇਰੀ ਆਈ ਹੁੰਦੀ, ਕਾਫੀ ਹੋ ਸਕਦਾ ਹੈ। ਇੰਡੀਆ ਕ੍ਰਾਈਮ ਨਿਊਜ਼, ਜੁਰਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।